हर संत तुम्हारे जिन कर तन हर नमा प्रवान गने से आए सफल तिना के कमा ज्ञान त्यान किस कर्म न जाना सार न जाना तेरी सब ते वड़ा सतगुर नानक जिन कल राखी मेरी। फिरत फिरत प्रभ आया परया तो सरनाए नानक की प्रभ बेनती अपनी भगती लाए जोग ज्ञान ध्यान सिख ना गे सगले जपे तरंगी कहो नानक संतन बलहारे जो प्रभु के सदसंगी उस्तत करे अनेक जन अंत न पारावार नानक रचना प्रभ रची बो विद अनेक प्रकार तन गुरु नानक तन गुरु नानक तन गुरु नानक तन गुरु नानक दिन राती अराधो प्यारो निमखना कीजे टीला ज्यों पावे त्यों राख लय हम शरण प्रभाए राम राज ज्यों जानो त्यों तार स्वामी बड़ा कुचल तो पाव गंदा कठोर तो पाव है सख्त कपट बड़ी कपट करने वाला कामी चार गल्लां कही हानी कि बड़ा ही गंदा बड़ा ही सख्त ते बड़े ही मेरे मन विच बेईमानियां ख्याल पुठे कपट नहीं कामी तो वाशना माड़िया ही ने मैं तो यह जहां पर तू कृपा कर तार कुचल कठोर कपट कामी ज्यों जानो त्यों तार स्वामी ज्यों जानो त्यों तार स्वामी तार स्वामी ज्यों जानो त्यों 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 जानदा है
ਓਵੇਂ ਕਿਰਪਾ ਕਰ। ਜਿਉਂ ਜਾਣੋ ਤਿਉਂ ਤਾਰ ਸੁਆਮੀ। ਪਾਪ ਗੁਣਾ ਧੋਣ ਵਾਸਤੇ ਆਪਦੇ ਪਾਪ ਧੋਣ ਵਾਸਤੇ ਕਿ ਪਾਪ ਇੰਨੇ ਨੇ ਤੂੰ ਜਿਵੇਂ ਜਾਣੇ ਉਵੇਂ ਹੀ ਤਾਰ। ਜਿੰਨੀ ਕਰੇ ਸੇਵਾ ਜਿੰਨੀ ਕਰੇ ਭਗਤੀ ਜਿੰਨਾ ਕਰੇ ਤਪ ਉਹਨਾਂ ਗੁਰੂ ਸਾਹਿਬ ਜੀ ਮਿਹਰ ਕਰਦੇ ਆ ਬਖਸ਼ਦੇ ਆ। ਜਿਹੜੇ ਤਪੱਸਿਆ ਕਰਦੇ ਆ ਬਾਜ ਕਰੋ ਥੋੜ੍ਹੀ ਜਿਹੀ ਜਿਹੜੇ ਤਪੱਸਿਆ ਕਰਦੇ ਆ ਉਹ ਕਿਵੇਂ ਕਰਦੇ ਨੇ। ਬਰਫ ਵਿੱਚ ਬਹਿਣਾ ਬੜਾ ਔਖਾ ਹੈ ਨਾ, ਉਹ ਬਰਫ 'ਚ ਬਹਿੰਦੇ ਆ। ਪੁੱਠਾ ਲੜਕਣਾ ਬਹੁਤ ਔਖਾ ਹੈ, ਉਹ ਪੁੱਠੇ ਲੜਕਦੇ ਭਗਤੀ ਕਰਨ ਵਾਲੇ। ਜਾਂ ਧੂਣੀਆਂ ਗਰਮੀਆਂ ਦੇ ਵਿੱਚ ਧੂਣੀਆਂ ਤੋਂ ਪਾ ਲੈਣੀਆਂ ਤਪ ਕਰਨੇ ਪਾਸੇ ਪਾਸੇ ਗੋਹੇ ਇਕੱਠੇ ਕਰਕੇ ਪੂਰੀ ਅਗਨੀ ਕਰਕੇ ਵਿੱਚ ਬਹਿ ਕੇ ਮਾਲਾ ਫੜ ਕੇ ਪਰਮਾਤਮਾ ਦੀ ਵਿੱਚ ਬਹਿਣਾ ਤਪ ਕਰਨਾ। ਸੌ ਸੌ ਘੜਾ ਸਿਰ 'ਚ ਪਾਣੀ ਦਾ ਸਿਆਲਾਂ ਵਿੱਚ ਪਾਉਣਾ, ਨਾਲ ਜਪਣਾ ਹੈ ਵਾਹਿਗੁਰੂ 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 ਵਾਹਿਗੁਰੂ, ਖੜੇ ਹੋ ਕੇ ਤਪ ਕਰਨਾ, ਇੱਕ ਪੈਰ 'ਤੇ ਖੜ ਕੇ ਤਪ ਕਰਨਾ, ਤਾਂ ਨੂੰ ਬਾਹਾਂ ਖੜੀਆਂ ਕਰਕੇ ਰੱਬ ਨੂੰ ਪੁਕਾਰਨਾ, ਉੱਪਰ ਪੂਜਾ ਕਰ ਮੈਂ ਗੁਰੂ ਪੈ ਪੁਕਾਰਿਆ। ਤਿੰਨ ਹੋਲੀਆ ਵਾਰੀ ਬਾਹਾਂ ਖੜੀਆਂ ਕਰਕੇ ਮੈਂ ਤਪੱਸਿਆ ਕੀਤੀ, ਮੇਰੇ ਗੁਰੂ ਨੇ ਬਾਹਾਂ ਫੜ ਕੇ ਮੈਨੂੰ ਉਤਾਰਿਆ, ਮੇਰੀ ਅਰਦਾਸ ਸੁਣੀ, ਮੇਰੀ ਬੇਨਤੀ ਸੁਣੀ। ਇਹ ਤਰ੍ਹਾਂ ਤਰ੍ਹਾਂ ਦੀ ਤਪੱਸਿਆ ਕਰਨੀ, ਤਪ ਦੀ ਗੱਲ ਕਰਦੇ ਫਰੀਦ ਜੀ ਬਹੁਤ ਤਪੱਸਿਆ ਕਰਦੇ ਰਹੇ, ਤਪ 'ਚ ਘਬਰਾਉਣਾ ਨਹੀਂ। ਸਭ ਨੂੰ ਕੀਰਤਨ 'ਚ ਬਿਠਾਓ, ਜੇ ਜਥੇਦਾਰੇ ਗੇੜੇ ਗੂੜੇ ਲਾਇਆ ਕਰੋ। ਇੱਧਰ ਜਰਮਨ ਨੂੰ ਤੂੰ ਜਥੇਦਾਰੇ ਨਾ ਆਦੇ ਗੇੜੇ ਉਠਾਇਆ ਕਰ ਸਰ। ਉਹ ਮਨਪ੍ਰੀਤ ਇੱਧਰ ਆ ਭਾਈ ਬੋਲ, ਪੂੰਜੇ ਵਾਲੇ ਆ ਇੱਧਰ ਆ, ਇਹ ਪੂੰਜੇ 'ਚ ਬੜੇ ਛੱਡਦਾ ਹੁੰਦਾ, ਸਾਰਿਆਂ ਨੂੰ ਉਠਾਈ ਦਾ ਕੀਰਤਨ 'ਚ ਬਿਠਾਈ ਸਾਰਿਆਂ ਨੂੰ, ਜਿਹੜੇ ਕੋਈ ਇੱਧਰ ਉੱਧਰ ਟਰੱਕਾਂ ਟਰੁੱਕਾਂ ਵਿੱਚ ਗੱਡੀਆਂ 'ਚ ਵੜੇ ਉਹਨਾਂ ਨੂੰ ਵੀ ਕੱਢ ਦਿੱਤਾ। ਗੱਲ ਹੈ ਤਪੱਸਿਆ ਦੀ। ਫਰੀਦਾ ਇੱਟ ਸਰਾਣੀ ਪੋਏ ਸਮਣ, ਇਹ ਤਾਪੇ ਕਿ ਰੂੰ ਵਾਲਾ ਸਰਾਣਾ ਨਹੀਂ ਮਿਲਿਆ ਤੁਹਾਡੇ ਘਰਾਂ ਵਿੱਚ, ਗੱਦੇ ਆ ਮੰਜੇ ਆ ਏ ਸੀ ਵੀ ਹੈਗੇ ਨੇ, ਪਲੰਗ ਲੱਗੇ ਆ ਉੱਥੇ ਤੁਸੀਂ ਸੌਂਦੇ ਜੀ,
ਸਾਡੇ ਨਾਲ ਕਈ ਵਾਰੀ ਗਿੱਲੀ ਥਾਂ 'ਤੇ ਮਾਂ ਬੱਚੇ ਪਿੱਛੇ ਗਿੱਲੀ ਥਾਂ 'ਤੇ ਸੌਵੇ ਅਤੇ ਤਪ ਗਿਣਿਆ ਜਾਂਦਾ, ਮਾਂ ਕਸ਼ਟ ਸਹਾਰੇ ਪੁੱਤ ਪਿੱਛੇ ਅਤੇ ਤਪ ਗਿਣਿਆ ਜਾਂਦਾ। ਫਰੀਦ ਜੀ ਕਹਿੰਦੇ ਸਾਡਾ ਤਪ ਕੀ ਹੈ, ਆਹੀਏ ਕਦੀ ਮੱਛਰ ਇੱਧਰੋਂ ਆ ਗਿਆ, ਕਦੀ ਇੱਧਰੋਂ ਆ ਗਿਆ, ਕਿਤੇ ਭੂੰਡੀ ਜੀ ਆ ਗਈ, ਕਿਤੇ ਝੱਗੇ 'ਚ ਵੜ ਗਈ, ਕਿਤੇ ਕੱਛੇ 'ਚ ਵੀ ਵੜ ਜਾਂਦੀ। ਤਪੱਸਿਆ ਸੇਵਾਦਾਰ ਕੀਰਤਨ 'ਚ ਉੱਠ ਕੇ ਪੈ ਗਿਆ ਪਾਸੇ ਅਤੇ ਉੱਤੋਂ ਦੀ ਸੱਪ ਲੰਘਿਆ, ਰੋਲਾ ਪਾਤਾ ਸੱਪ ਸੱਪ, ਪਹਿਰੇਦਾਰ ਪਾਸੇ ਖੜਾ ਭੱਜਿਆ ਆਇਆ ਵੀ ਸੱਪ, ਲਾਈਟ ਜਗਾਲੀ, ਕੋਈ ਸਿੱਟ ਕੇ ਨਾ ਕੱਖ 'ਤੇ ਅੱਗ ਬਾਲ ਲਈ ਵੀ ਸੱਪ ਹੈ, ਕਿੱਧਰ ਵੜਿਆ, ਕਿਹਦੀ ਇਹ ਖੁੱਡ ਜੀ ਖੁੰਡ ਦੇ ਵਿੱਚ ਵੜਿਆ, ਸੁੱਕੀ ਜੀ ਲੱਕੜ ਦਾ ਮੁੱਢ ਸੀ ਉਹਦੇ 'ਤੇ ਤੇਲ ਸੁੱਟਿਆ, ਜਨਰੇਟਰ ਸੀ ਜਨਰੇਟਰ 'ਚੋਂ ਭੱਜ ਕੇ ਤੇਲ ਲੈ ਆਏ, ਸਿੱਟ ਕੇ ਅਤੇ ਅੱਗ ਲਾ ਦੀ। ਸੱਪ ਕਿਤੋਂ ਵੀ ਨਾ ਨਿਕਲਿਆ, ਬਾਬਾ ਜੀ ਆ ਗਏ, ਕਹਿੰਦੇ ਭਾਈ ਕੀ ਕਰਦੇ ਜੀ, ਬਾਬਾ ਜੀ ਸੱਪ ਸੱਪ ਇਹਦੇ ਉੱਤੇ ਚੜ ਗਿਆ ਸੀ, ਬਈ ਦੱਸ ਕਿਉਂ ਚੜਿਆ ਸੀ ਤੇਰੇ 'ਤੇ, ਚੋਰ ਤੂੰ ਏ, ਮਾਰਦਾ ਸੱਪ ਨੂੰ ਫਿਰਦਾ, ਕੀਰਤਨ ਵਿੱਚੋਂ ਕਿਉਂ ਆਇਆ, ਆਣ ਕੇ ਸੌਂ ਗਏ, ਕੀਰਤਨ ਵਿੱਚੋਂ ਉੱਠ ਕੇ ਤੂੰ ਆ ਕੇ ਸੌਂ ਗਿਆ ਏ, ਉਹ ਤਾਂ ਗੁਰੂ ਨਾਨਕ ਦਾ ਪਹਿਰੇਦਾਰ ਤੈਨੂੰ ਉਠਾਉਣ ਆਇਆ ਸੀ, ਆਖੋ ਸੀ ਉਹ ਗੁਪਤ ਪਹਿਰੇਦਾਰ, ਗੁਰੂ ਨਾਨਕ ਦੇ ਪਹਿਰੇਦਾਰ ਗੁਪਤ ਨੇ ਸ਼ਹੀਦ ਸਿੰਘ। ਸਾਰੇ ਜਪ ਲੋ ਇੱਕੋ ਓਂਕਾਰ ਸਤਨਾਮ ਕਰਤਾ ਪੁਰਖ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਪ੍ਰੀਤਾ ਟਾਕ ਮਕੂੰਜੜੀਆਂ ਮਨੋ ਮਚੰਦੜੀਆਂ, ਬਾਹਰ ਤਾਂ ਮੱਛਰ ਆਉਂਦਾ ਹੈ, ਭੂੰਡੀ ਜੀ ਆ ਗਈ ਕਿਤੇ, ਕਿਤੇ ਗਰਮੀ ਲੱਗਣ ਲੱਗ ਪਈ, ਕਿਤੇ ਜ਼ਮੀਨ ਰੇਤਾ ਰੜਕਣ ਲੱਗ ਪਈ, ਅਤੇ ਅੰਦਰ ਤੇਰੇ ਕੀ ਆਉਂਦਾ ਹੈ, ਇਹ ਟਾਕ ਮਕੂੰਜੜੀਆਂ ਆਉਂਦੀਆਂ ਨੇ ਅੰਦਰ, ਕਦੀ ਕੋਈ ਸ਼ੈਤਾਨੀ ਆ ਗਈ, ਕਦੀ ਕੋਈ ਪਾਪ ਆ ਗਿਆ, ਕਦੀ ਕੋਈ ਗੁਨਾਹ ਅੰਦਰ ਆ ਗਿਆ, ਇਹ ਟਿਕਣ ਥੋੜ੍ਹਾ ਦਿੰਦੀਆਂ। ਮਨੋ ਮਚੰਦੜੀਆਂ ਮਨ ਮੇਰੇ ਨੂੰ ਇੰਨਾ ਸਤਾਉਂਦੀਆਂ ਅਤੇ ਮਚਾਉਂਦੀਆਂ ਨੇ, ਇਹ ਟਾਕ ਮਕੂੰਜੜੀਆਂ ਗੱਲਾਂ ਜਿਹੜੀਆਂ, ਬਾਹਰੋਂ ਤਾਂ ਭੂੰਡੀ ਆ ਗਈ, ਕੁਝ ਆ ਗਿਆ, ਗਰਮੀ ਆ ਗਈ, ਅੰਦਰ ਅੰਦਰ ਦਾ ਤਾਂ ਪਾਪ ਏ, ਬਾਹਰ ਦਾ ਤਾਂ ਪੁੰਨ ਏ, ਰੇਤਾ ਵੀ ਤੈਨੂੰ ਸਰਕੇਗੀ ਨਾ ਅਤੇ ਰੱਬ ਚੇਤੇ ਆਏਗਾ, ਰੋੜ ਵੱਜਣਗੇ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆ, ਕਿਵੇਂ ਕੀਤੀ, ਰੇਤ ਅੱਕ ਆਹਾਰ ਕਰ, ਰੇਤ ਦਾ ਖਾਣਾ ਬਣਾਇਆ, ਅੱਕ ਦਾ ਬਣਾਇਆ, ਅੱਕ ਦੀ ਅੱਕ ਦੇ ਪੱਤੇ ਖਾ ਲਏ, ਰੋੜਾਂ ਦੀ ਗੁਰ ਕਰੀ ਵਿਛਾਈ, ਥੱਲੇ ਚੁੱਭਣ ਵਾਲੇ ਰੋੜਾਂ 'ਤੇ ਬਹਿ ਕੇ ਗੁਰੂ ਨਾਨਕ ਸਾਹਿਬ ਨੇ ਤਪ ਕੀਤਾ। ਜਦੋਂ ਰਾਜੇ ਦਾ ਖਜ਼ਾਨਾ ਮੰਤਰੀ ਸਮਝ ਲਓ ਗੁਰੂ ਨਾਨਕ ਸਾਹਿਬ ਵੰਡਦੇ ਸੀ ਸਾਰਿਆਂ ਨੂੰ, ਰਾਜਿਆਂ ਵਰਗੇ ਸੁੱਖ
जय राम सारा लैण देण दा मालक सी ते बाबा नानक जी सुख छड के दुख झोली च पा के घर दे सोहणे महल ते सेजां छड के घरवाली छड के बाबा जी कबरां विच बह गए। कबरां तो उठे दूर जाके बाबा नानक जी रोड बिछा के बह गए ते बोलन लगे, मर्दानिया संसार झूठाई जी, बच्चे याद आउंदे आ, घरवाली याद आउंदी है, पिंड याद आउंदा है, ये मर्दानिया झूठा संसार ही, सच्चा करतार ही झूठिया नू क्यों याद करदा है। सच्चे नू याद कर, बोल मर्दानिया, बोल मर्दानिया सतगुर तार, बोल मर्दानिया सतगुर तार, बोल मर्दानिया सत करतार, बोल मर्दानिया सत करतार, गुरु जी सत करता, बोल मर्दानिया सत करता, बोल मर्दानिया सत करता, बोल मर्दानिया सत करता, बोल मर्दानिया सत करता। तू गुरु बना तेनू कुछ भी होए गुरु चेते आना है। आप पुंडी जी आण के शरीर ते चढ़ दिए ना ते मारी दा हाथ जिहा उनू मार दी दा ते नाल गुरु चेते आना। ओ देख पुंडी तेनू आई कुरबानी देखे रब चेते करा के गई, उनकी कल्याण हो गया, उन्हें कुरबानी दिती। जदों आई तेरे ते चढ़ी ते तू जोर दी मारिया हाथ ते उन्हूं मारता, उन्दी तां कल्याण होगी। तू जपदा है गुरु नूं, तेनू गुरु नूं चेते कराया ने। ये महापुरशां ने तां ये चीजां लईयां ने, फरीदा इट सराणी पोए सवण, फरीदा रोटी मेरी काठ दी केड़ी है, मूड़ियां वाली गोभी वाली घ्यो पा के तल तल के परौंठा विच मसाले स्वाद आले पा के रोटी बनाई, स्वाद आले मसाले, किदे प्याज किदे गोभी आला किदे मूली आला किदे आलू आला परौंठा। ते तानो महापुरश जिन्हां ने लकड़ दी रोटी लई हुई, गल च रोटी लकड़ दी, रोटी वर्गी रोटी बना ली लकड़ दी कड़ के, ते भुख लगदी और रोटी नू चक मारदे। जिन्हां ने नाम जपिया, जिन्हां दा ऐश करनी है भाई, उत्थे तां मूलियां वाले गंढियां वाले गोभी वाले परौंठे उत्थे तां चलेगा सारा कुछ। जिन्हां ने जपना नाम, वह तो फरीदा रोटी मेरी काठ दी लावण मेरी भुख, जिन्हां खादियां चोपड़ियां वह घने सहन गए दुख,
ਇਹ ਪਰੌਂਠੇ ਜੇ ਐਵੇਂ ਨਹੀਂ ਇਹ ਦੁੱਖ ਸਹਿਣੇ ਪੈਂਦੇ ਖਾ ਖਾ ਕੇ ਕੰਚਨ ਮੰਨੇ ਪਾਸ ਕਰਵਤ ਚੀਰਿਆ ਕਰ ਸੁਣਿਆ ਸੀ ਨਾ ਜਿਹੜੀਆਂ ਬੀਬੀਆਂ ਸੋਨੇ ਨਾਲ ਇੰਨਾ ਪਿਆਰ ਕਰਦੀਆਂ ਇੰਨਾ ਸੋਨੇ ਪਿੱਛੇ ਮਰਦੀਆਂ ਨਾ ਕਹਿੰਦੇ ਉਹਨਾਂ ਨੂੰ ਆਰੇ ਨਾਲ ਚੀਰਿਆ ਜਾਏ ਕਿ ਤੁਸੀਂ ਇਹ ਧਾਂਤ ਨਾਲ ਪਿਆਰ ਕਰਦੀਆਂ ਸੀ ਰੱਬ ਨਾਲ ਕਰਨਾ ਸੀ ਅਤੇ ਲਓ ਹੁਣ ਆਰਾ ਤੁਹਾਨੂੰ ਚੀਰਨ ਵਾਸਤੇ ਆ ਰਿਹਾ ਕੱਜਲ ਰੇਖਣਾ ਸਿੰਦੀਆਂ ਪੰਖੀ ਸੂਏ ਬੈਠ ਜਿਹੜੀਆਂ ਅੱਖੀਆਂ ਰੱਬ ਦੇ ਦਦਾਰ ਨਹੀਂ ਕਰਦੀਆਂ ਉਹ ਚੁੰਜ ਮਾਰ ਮਾਰ ਕੇ ਖਾਂ ਖਾਣਗੇ ਉਹਨੂੰ ਪੰਛੀ ਖਾਣਗੇ ਇਹ ਨਾਮ ਜਪਣ ਵਾਸਤੇ ਕਰਫਰੀਦਾ ਇੱਟ ਸਰਾਣੇ ਫਰੀਦਾ ਇੱਟ ਸਿਰਾਣੇ ਪੋਏ ਸਵਣ ਕੀੜਾ ਲੜਿਓ ਮਾਂ ਇੱਟ ਦਾ ਬਣਾ ਲਿਆ ਸਿਰਾਣਾ ਕਹਿੰਦੇ ਮਹਾਰਾਜ ਤੁਹਾਡਾ ਬਿਸਤਰਾ ਕਿੱਥੇ ਆ ਮੰਜਾ ਕਿੱਥੇ ਆ ਤੁਹਾਡੀ ਕੁਟੀਆ ਕਿੱਥੇ ਆ ਗੁਰੂ ਨਾਨਕ ਸਾਹਿਬ ਕਹਿੰਦੇ ਸਾਰਾ ਭਵਨ ਮੇਰੀ ਕੁਟੀਆ ਹੈ ਇਹਦਾ ਰੱਬ ਨੇ ਬਣਾਇਆ ਨਾ ਇੰਨਾ ਵੱਡਾ ਕੋਠਾ ਇਹ ਮੇਰੀ ਕੁਟੀਆ ਹੈ ਅਤੇ ਤੁਹਾਡਾ ਬਿਸਤਰਾ ਮੰਜਾ ਕਿੱਥੇ ਆ ਕਹਿੰਦੇ ਆ ਸਾਰੀ ਧਰਤੀ ਮੇਰਾ ਮੰਜਾ ਹੈ ਇਹਦੇ ਉੱਤੇ ਘਾ ਇਹ ਮੇਰਾ ਬਿਸਤਰਾ ਹੈ ਇੱਕ ਸਿੱਖ ਨੇ ਗੁਰੂ ਨਾਨਕ ਸਾਹਿਬ ਤਾਂ ਐਵੇਂ ਬਹਿ ਗਏ ਜ਼ਮੀਨ 'ਤੇ ਮਰਦਾਨੇ ਨੇ ਕੱਢੀ ਰਵਾਬ ਤੇ ਬਾਬਾ ਜੀ ਬੋਲਣ ਲੱਗੇ ਬੋਲ ਮਰ ਲਾ ਬੋਲ ਮਰਦਾਨਿਆ ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਮਰਦਾਨਿਆ ਸਤ ਕਰਤਾ ਭੂਲ ਮਰਦਾਨਿਆ ਸਤ ਕਰਤਾ ਭੂਲ ਮਰਦਾਨਿਆ ਸਤ ਕਰਤਾ ਸਤ ਕਰਤਾ ਜੀ ਸਤ ਕਰਤਾ ਸਤ ਕਰਤਾ ਜੀ ਸਤ ਕਰਤਾ ਮਰਦਾਨਿਆ ਸਤ ਕਰਤਾ ਤੂੰ ਬੋਲ ਪਾਹੀ ਬਾਲਿਆ ਸਤ ਕਰਤਾ ਮਰਦਾਨਿਆ ਸਤ ਕਰਤਾ ਸਾਰੇ ਜਪੋ ਜੀ ਸਤ ਕਰਤਾ ਗੁਰੂ ਜੀ ਸਤ ਕਰਤਾ ਸਤ ਕਰਤਾ ਜੀ ਸਤ ਕਰਤਾ ਮਰਦਾਨਿਆ ਬੋਲ ਮਰਦਾਨਿਆ ਬੋਲ ਮਰਦਾਨਿਆ ਸਤ ਕਰਤਾਰ ਬੋਲ ਮਰਦਾਨਿਆ ਸਤ ਕਰਤਾਰ ਸਾਰਾ ਮੇਰਾ ਮੰਜਾਈਏ ਘਰ ਹੀ ਹੈ ਮੇਰਾ ਹੋਰ ਮੇਰਾ ਘਰ ਕਿਹੜਾ ਹੈ ਆਸਰਾ ਮੇਰਾ ਪਰਮਾਤਮਾ ਟੇਕ ਮੈਨੂੰ ਸਾਈ ਦੀ ਘਰ ਮੇਰਾ ਧਰਤੀ ਹੈ ਸਗਲੀ ਧਰਤੀ ਮੇਰਾ ਆਸਣ ਹੈ ਫਰੀਦ ਜੀ ਹੁਣ ਰਹਿੰਦੇ ਆ ਜੰਗਲਾਂ 'ਚ ਸਭ ਤੋਂ ਵੱਡਾ ਰਾਜ ਸੀ ਉਜੈਨ ਦਾ
ਜਿਹੜਾ ਰਾਜੇ ਬਿਕਰਮਾਜੀਤ ਨੇ ਕੀਤਾ ਤੇ ਬਿਕਰਮਾਜੀਤ ਰਾਜੇ ਦੇ ਨਾਂ ਤੇ ਚੱਲਿਆ ਬਿਕਰਮੀ ਸੰਮਤ ਉੱਥੋਂ ਦਾ ਹੋਇਆ ਰਾਜਾ ਪਰਥਰੀ ਉਹਦਾ ਮਨ ਟੁੱਟ ਗਿਆ ਜਿਹੜੀ ਰਾਣੀ ਨਾਲ ਬੜਾ ਹੀ ਪਿਆਰ ਕਰਦਾ ਸੀ ਬੜਾ ਹੀ ਵਿਸ਼ਵਾਸ ਕਰਦਾ ਸੀ ਉਹ ਰਾਣੀ ਵੱਧ ਚੱਲਣ ਸੀ ਇਹ ਚਾਲ ਹੁੰਦੀ ਨਾ ਕਈਆਂ ਦੀ ਗੁਰਮੁਖਾਂ ਵਾਲੀ ਚਾਲ ਕਈਆਂ ਦੀ ਮਨਮੁਖਾਂ ਵਾਲੀ ਕਈਆਂ ਦੀ ਚਾਲ ਬਹੁਤ ਹੀ ਸੁੰਦਰ ਹੁੰਦੀ ਹੈ ਕਈ ਹੁੰਦੇ ਵੱਧ ਚੱਲਣ ਉਹਨਾਂ ਗਲਤ ਕਾਰਜ ਹੀ ਕਰਨੇ ਸਾਰੀ ਜ਼ਿੰਦਗੀ ਪਾਪ ਹੀ ਕਰਨੇ ਪੁੱਠੇ ਕਰਨੇ ਉਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਸੰਸਾਰ 'ਚ ਬਸ ਪਾਪ ਉਹਨਾਂ ਦਾ ਕਰਮ ਹੀ ਕੋਈ ਪਾਠ ਪੂਜਾ ਸਿਮਰਨ ਸੇਵਾ ਨਹੀਂ ਕਰਮ ਨਾ ਹੀ ਉਹਨਾਂ ਦਾ ਧਰਮ ਵੱਧ ਚੱਲਣ ਸੀ ਰਾਣੀ ਰਾਜੇ ਨੇ ਬੜਾ ਕੀਤਾ ਸੀ ਯਕੀਨ ਉਹ ਕਹਿੰਦੀ ਰਾਜਾ ਮੈਂ ਤੇਰੇ ਬਗੈਰ ਜੀਂਦੀ ਨਹੀਂ ਰਹਿ ਸਕਦੀ ਮੈਨੂੰ ਘਰ ਤੋਂ ਮਹਿਲ ਤੇਰੇ ਦਿਸਣੇ ਚਾਹੀਦੇ ਜਿੱਥੇ ਤੂੰ ਬਹਿਣਾ ਹੈ ਇਹੋ ਜਿਹਾ ਮਹਿਲ ਬਣਾ ਕੇ ਦੇ ਰਾਜੇ ਨੇ ਵੇਖਿਆ ਵੀ ਬੜਾ ਹੀ ਮੇਰੇ ਨਾਲ ਪਿਆਰ ਕਰਦੀ ਹੈ ਮੇਰੇ ਬਗੈਰ ਖਾਂਦੀ ਨਹੀਂ ਸੌਂਦੀ ਨਹੀਂ ਕੋਈ ਨਹੀਂ ਪਰ ਪਿਆਰ ਸੀ ਝੂਠਾ ਅੰਦਰੋਂ ਗਲਤ ਗੱਲਾਂ ਨਾ ਕਰੋ ਇਹ ਕੌਣ ਕਿਹੜਾ ਲੱਗੇ ਇੱਧਰ ਗੱਲਾਂ ਕਰ ਕੋਈ ਵਿਰਲੇ ਨੇ ਗੁਰਮੁਖ ਜਿਨ੍ਹਾਂ ਦਾ ਚਾਲ ਚੱਲਣ ਸ਼ੁੱਧ ਹੋਵੇ ਜਿਨ੍ਹਾਂ ਪਾਪੀਆਂ ਦਾ ਕੋਈ ਧਰਮ ਹੀ ਨਹੀਂ ਰਿਹਾ ਕੋਈ ਗੁਰੂ ਪੀਰ ਨਹੀਂ ਕੋਈ ਕਰਮ ਨਹੀਂ ਉਹ ਤਾਂ ਕਰਨਗੇ ਹਾਏ ਹਾਏ ਅਤੇ ਰੱਬ ਵੀ ਰੇੜ ਕੇ ਉਹਨਾਂ ਨੂੰ ਇਹੋ ਜਿਹੇ ਪਾਏਗਾ ਜਿਵੇਂ ਮਧਾਣੀਆਂ ਰਿੜਕਦੀਆਂ ਨਾ ਉਵੇਂ ਰਿੜਕੀ ਜਾਏਗੀ ਪਾਪੀ ਕਰਮ ਕਮਾਉਂਦੇ ਪਾਪੀ ਕਰਮ ਕਮਾਉਂਦੇ ਉਹ ਕਰਦੇ ਹਾਏ ਹਾਏ ਨਾਨਕ ਜਿਉਂ ਮੱਥਣ ਮਦਾਣੀਆਂ ਧਰਮਰਾਜ ਦੀ ਡਿਊਟੀ ਹੈ ਉਹ ਸਾਨੂੰ ਦੁੱਖ ਕਸ਼ਟ ਬੜੇ ਦਿੰਦਾ ਹੈ ਉਹ ਬੜੇ ਝੰਬੇਲੇ ਖੜੇ ਕਰਦਾ ਇੱਥੇ ਨਰਕ ਬਣਾ ਦਿੰਦਾ ਹੈ ਪਾਪੀਆਂ ਲਈ ਕਾਲਜੀ ਐਵੇਂ ਪੈਣਗੇ ਰੇੜ ਕੇ ਜਿਵੇਂ ਮਧਾਣੀਆਂ ਰਿੜਕਦੀਆਂ ਜੇ ਚਾਲ ਚੱਲਣ ਨਹੀਂ ਸ਼ੁੱਧ ਹੋਏਗਾ ਆਖੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਅੱਜ ਦੁਨੀਆਂ ਦੇ ਕਿੰਨੇ ਭਾਰ ਪੈ ਗਏ ਸਾਹ ਲੈਣਾ ਵੀ ਔਖਾ ਮੂੰਹ ਬੰਦ ਛਿੱਕੂ ਜੇ ਚਾੜੀ ਫਿਰਦੇ ਆ ਕਰੋ ਨਾ ਕਰੋ ਨਾ ਚੀਜ਼ ਨੂੰ ਹੱਥ ਵੇਖ ਕੇ ਲਾਉਂਦੇ ਆ ਕਰੋਨਾ ਬੰਦੇ ਕੋਲ ਜਾਂਦੇ ਆ ਕਰੋਨਾ ਰੱਬ ਨੇ ਖੜੀਆਂ ਕਰਤੀਆਂ ਨਾ ਬਿਮਾਰੀਆਂ ਤੇਰੇ ਲਈ ਸੁੱਖ ਦਾਤਾ ਸੁੱਖ ਦੇਣ ਵਾਲਾ ਅੱਜ ਦੁੱਖ ਦੇਣ ਕਿਉਂ ਲੱਗ ਪਿਆ ਤੇਰੇ ਚਾਲ ਚੱਲਣ ਵਿਗੜ ਗਏ ਬੰਦਿਆ ਜਿੰਨੇ ਸੁੱਖ ਦੇਣੇ ਸੀ ਅੱਜ ਉਹ ਮਜਬੂਰ ਹੋ ਗਿਆ ਦੁੱਖ ਦੇਣ ਵਾਸਤੇ ਜਿਹਨੇ ਕਾਰੋਬਾਰ ਦਿੱਤੇ ਸੀ ਉਹ ਮਜਬੂਰ ਹੋ ਗਿਆ ਕਾਰੋਬਾਰ ਠੱਪ
अज भैन भाई रिश्तेदार संबंध सारे तोड़ते अज रब मजबूर हो गया तेरे नाते उन्हें रिश्तेदार उन्हें बख्शे सी भैन भाई बंद मां प्यो ने बख्शे सी तेरे पापा करके रब सुख देने वाला रब दाता देने वाला अज मजबूर हो गया तेनू दुख देने वास्ते क्योंकि तू नाम नहीं जपदा खुशी फरीदा इट सराणी सराणा ला लिया इट दा बाबा जी आए बाबा कुंदन सिंह जी महाराज रोज ही आंदे सी लुधियाने गुरुद्वारे इधर अड़ीक बनी होंदी सी कि बाबा जी ने आना है बाबा जी ने आना पता नहीं केड़ा तरस कीता उन्होंने ये दर्शन ये सेवा ते ये बंदगी बख्शी सब तो वड्डी बंदगी आपदे गुरु दे दर्शन हो जाण सब तो वड्डी सेवा है गुरु नूं प्रशादा पाणी छका सब तो वड्डा नाम है गुरु दे मुख च निकलिया वाक मन लिए ये सारिया तो वड्डा नाम है सारिया तो वड्डी सेवा है गुरु नूं जल पानी छका ते सब तो वड्डा रब दा मिलना है जे महापुरशां दे गुरुआं दे दर्शन हो गए ये दर्शन सब तो दुर्लभ दर्शन बाबा जी कहते बाज मारते सुखी कह के भजया गया मैं कहते सानू असी इतने बारी च हाल बनता सी उनदिया कंधा ढाई फुट चौड़िया ढाई इट दिया सी अजे खिड़कियां नहीं लगियां सी बाबा जी उवें पै गए सराणा लियावा कहिंदा सराणा इट दा फड़ा दे इट रखती बाबा जी ने आराम करन लग पे मैं उधर प्रशादा पानी तैयार करन लग पिया बाबा जी कोल आया ते बाबा जी ने इकदम ना हाथ जिहा मारिया शरीर ते लत्त जी खिची ते नाल ही बचन करते इट सराणे भोए सवण कीड़ा लड़ियो मास नाल ही बचन करते कि आ कहिंदे आह बंदगी कि इटां ते पैणा है ते सराणा भी इट दा जमीन ते कीड़ा लड़ के तेनू चेते करा रहा है कर वाहिगुरु नूं चेते कर सिमरन कर नाम सुखां विच रब चेते नहीं आउंदा मुश्किलां विच तां वाहिगुरु चेते आएगा उन्हां कहा जिवें भावें मेथों नाम जपा मैं नहीं जपदा तू जिवें भावे तिवें नाम जपा ला जिवें तेनू पौंदा है उवें नाम जपा ला तेरी याद आनी चाहिए तू याद आएगा फरीदा पढ़ लो धन गुरु गोबिंद सिंह जी ने पता जदों आनंदपुर दे तख्त छड़े सिंघासन सुख छड़े परिवार सेजा चारे पुत वारते मां भी बुढ़ी मां भी मां पिता भी चारे पुत्र गुरु गोबिंद सिंह जी वार के धन गुरु गोबिंद सिंह जी नंगे पैरी
ਸਿਆਲ ਦੀਆਂ ਠੰਡੀਆਂ ਰਾਤਾਂ, ਜਾਮਾ ਫਟਿਆ ਹੋਇਆ ਤੇ ਯਾਦ ਮਿੱਤਰ ਪਿਆਰੇ ਦੀ ਆਈ। ਆਖੋ ਸੀ ਯਾਦ ਮਿੱਤਰ ਪਿਆਰੇ ਦੀ ਆਈ, ਜਦੋਂ ਸਭ ਕਿਛ ਵਾਰਤਾ। ਯਾਦ ਮਿੱਤਰ ਪਿਆਰੇ ਦੀ ਆਈ, ਜਦੋਂ ਸਭ ਕਿਛ ਵਾਰਤਾ। ਗੁਰੂ ਕੇ ਮਹਿਲ ਬੜੀ ਬਜਾਈ ਆ ਇੱਕ ਪਾਸੇ, ਪਤਾ ਨੀ ਮਾਤਾ ਸੁੰਦਰੀ ਕਿੱਧਰ ਏ, ਮਾਤਾ ਸਾਹਿਬ ਦੇ ਮਦ ਦੀ ਪਾਲਕੀ ਕਿਹੜੇ ਪਾਸੇ ਆ। ਬੱਚਿਆਂ ਦੇ ਦਾਦੀਆਂ ਦਾ ਪਤਾ ਨੀ, ਬੱਚਿਆਂ ਦੇ ਦਾਦੀ ਦਾ ਪਤਾ ਨੀ, ਉਦੋਂ ਹੀ ਪਤਾ ਲੱਗਿਆ ਜਦੋਂ ਕਿ ਬੱਚਿਆਂ ਨੂੰ ਨੀਆਂ ਵਿੱਚ ਚਿਣ ਕੇ ਮਾਰ ਦਿੱਤਾ ਗਿਆ। ਆਖੋ ਦਾਦੀ ਨੂੰ ਠੰਡੇ ਬੁਰਜ ਵਿੱਚ ਰੱਖ ਰੱਖ ਕੇ ਸ਼ਹੀਦ ਕਰਦਾ ਹੈ। ਮਿੱਤਰ ਪਿਆਰੇ ਦੀ ਆਈ, ਜਦੋਂ ਸਭ ਯਾਰ ਮਿੱਤਰ ਪਿਆਰੇ ਯਾਦ ਮਿੱਤਰ ਪਿਆਰੀ ਦੀ ਆਈ, ਜਦੋਂ ਸਭ ਕਿਛ ਵਾਰਦਾ। ਯਾਦ ਮਿੱਤਰ ਪਿਆਰੀ ਦੀ ਆਈ, ਜਦੋਂ ਸਭ ਕਿਛ ਵਾਰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ, ਇਕੱਲੇ ਹੀ ਭਾਈ ਦਇਆ ਸਿੰਘ ਦੇ ਧਰਮ ਸਿੰਘ ਨੂੰ ਤੋਰਤਾ ਇਸ ਪਾਸੇ ਨੂੰ ਆ ਜਾਓ, ਆਪ ਇਕੱਲੇ ਜੰਗਲਾਂ ਦੇ ਵਿੱਚ ਦੀ ਮੇਰਾ ਮਾਹੀ। ਆਖੋ ਸੀ ਬਾਜਾਂ ਵਾਲੇ ਇੱਕ ਖੂਹ ਦੇ ਉੱਤੇ ਟਿੰਡ ਦਾ ਸਨਾਣਾ, ਖੂਹ ਦੀ ਟਿੰਡ ਹੁੰਦੀ ਪਾਣੀ ਕੱਢਣ ਵਾਲੀ, ਟਿੰਡ ਦਾ ਸਨਾਣਾ ਲਾਇਆ। ਰਾਜ ਜੋਗ ਜੱਗ ਚ ਕਮਾਇਆ ਧੰਨ ਗੁਰੂ ਗੋਬਿੰਦ ਸਿੰਘ ਨੇ, ਜੰਗਲਾਂ ਵਿੱਚ ਟਿੰਡ ਦਾ ਸਨਾਣਾ ਲਾਇਆ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਅੱਜ ਮਾਛੀ ਵਾੜੇ ਦੇ ਜੰਗਲਾਂ ਚ ਟਿੰਡ ਦਾ ਸਰਾਣਾ ਲਾ ਕੇ ਪਏ ਨੇ ਤੇ ਜਿਹੜੀਆਂ ਸੰਗਤਾਂ ਸ਼ਹੀਦ ਹੋਈਆਂ ਨਾ ਗੁਰੂ ਦੀ ਆਗਿਆ ਨਾਲ ਜਾਂਦਾ ਬੰਦਾ ਸ਼ਹੀਦ ਅਮਰ ਹੋ ਜਾਂਦੇ। ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੋਨੋਂ ਬੱਚੇ ਆ ਗਏ ਨਾਲ, ਸਾਰੇ 40 ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹ ਵੀ ਆ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਆਰਾਮ ਕਰਦੇ ਸੀ, ਉਹਨਾਂ ਦੀਆਂ ਰੂਹਾਂ ਖੜੀਆਂ ਹੋ ਗਈਆਂ ਜੀ ਅਸੀਂ ਸੱਚਖੰਡ ਨੂੰ ਪਰਮਾਤਮਾ ਕੋਲ ਚੱਲੇ ਹਾਂ। ਆਖੋ ਸੀ ਬੱਚੇ ਕਹਿੰਦੇ ਪਿਤਾ ਜੀ ਤੁਸੀਂ ਸਾਡੇ ਤੇ ਬੜੀ ਕਿਰਪਾ ਕੀਤੀ, ਸਾਨੂੰ ਸ਼ਹੀਦ ਹੋਣ ਦਾ ਯੁੱਧ ਕਰਨ ਦਾ ਆਪਦੀਆਂ ਅੱਖਾਂ ਦੇ ਸਾਹਮਣੇ ਸਮਾਂ ਦਿੱਤਾ ਹੈ ਨਾ, ਸਾਡੀ ਇਹੀ ਇੱਛਾ ਸੀ ਸਾਡਾ ਬਾਪੂ ਵੇਖੇ
ਤੇ ਅਸੀਂ ਜੰਗ 'ਚ ਤਲਵਾਰ ਬਾਈਏ ਤੇ 125,000 ਦੇ ਨਾਲ ਲੜੀਏ। ਪੁੱਤ ਗੁਰੂ ਗੋਬਿੰਦ ਸਿੰਘ ਦੇ, ਪੁੱਤ ਗੁਰੂ ਗੋਬਿੰਦ ਸਿੰਘ ਦੇ 125,000 ਨਾਲ ਇਕੱਲੇ ਇਕੱਲੇ ਲੜਦੇ। ਪੁੱਤ ਗੁਰੂ ਗੋਬਿੰਦ ਸਿੰਘ ਦੇ, ਅੱਜ ਪੁੱਤਰ ਦੋਨੋਂ ਹੀ ਬਣ 125,000 ਨਾਲ ਇਕੱਲੇ ਇਕੱਲੇ ਲੜਦੇ। ਪੁੱਤ ਗੁਰੂ ਗੋਬਿੰਦ ਸਿੰਘ ਦੇ ਉਹ 125,000 ਨਾਲ ਇਕੱਲੇ ਇਕੱਲੇ ਲੜਦੇ। ਪੁੱਤ ਗੁਰੂ ਗੋਬਿੰਦ ਸਿੰਘ ਦੇ 125,000 ਨਾਲ ਇਕੱਲੇ ਇਕੱਲੇ ਪੁੱਤ ਗੁਰੂ ਕੱਲੀ ਲੜਦੇ। ਪੁੱਤ ਗੁਰੂ ਗੋਬਿੰਦ ਸਿੰਘ ਦੇ 125,000 ਨਾਲ ਕੱਲੀ ਕੱਲੀ ਲੜਦੇ। ਪੁੱਤ ਗੁਰੂ ਗੋਬਿੰਦ ਸਿੰਘ ਦੇ ਉਹ 125,000 ਨਾਲ ਕੱਲੀ ਸਿੰਘ ਜੀ ਜਾਮਾ ਰੀਤ ਹੋਲੀ ਨਾ ਸਿਰ ਤੇ ਤਾਜ ਏ ਨਾ ਹੱਥ ਵਿੱਚ ਬਾਜ ਏ ਨਾ ਪੈਰਾਂ ਵਿੱਚ ਜੋੜਾ ਏ ਤੇ ਨਾ ਹੀ ਨੀਲਾ ਘੋੜਾ ਏ। ਪੁੱਤ ਆ ਗਏ ਸਿੰਘ ਆ ਗਏ ਸ਼ਹੀਦ ਹੋਏ ਮਹਾਰਾਜ ਏ ਕੀ ਕੌਤਕ ਤੁਹਾਡੇ ਸ੍ਰਿਸ਼ਟੀ ਦੇ ਮਾਲਕ ਧਰਤੀ ਦੇ ਮਾਲਕ ਸਾਰੀਆਂ ਸ਼ਕਤੀਆਂ ਹੱਥ ਵਿੱਚ ਅੱਜ ਆਹਾਲੇ। ਕਹਿੰਦੇ ਬੱਚਿਓ ਤੁਸੀਂ ਚੱਲੇ ਪਰਮਾਤਮਾ ਕੋਲ। ਅਜੀਤ ਸਿੰਘ ਪੁੱਤਰ ਜੁਝਾਰ ਸਿੰਘ ਤੁਸੀਂ ਪਹਿਲੋ ਨੰਬਰ ਲੈ ਗਏ ਜੀ। ਸ਼ਹੀਦੀਆਂ ਪਾ ਕੇ ਸਿੰਘ ਸਾਰੇ ਚੱਲੇ ਪਰਮਾਤਮਾ ਕੋਲ ਤੇ ਮੇਰਾ ਜੋ ਹਾਲ ਦੇਖ ਰਹੇ ਜੇ ਨਾ ਇਹ ਮਿੱਤਰ ਪਿਆਰੇ ਨੂੰ ਕਿਹਾ ਜੇ ਮੇਰੇ ਨੂੰ ਪਰਮਾਤਮਾ ਨੂੰ ਆਖੋ ਜਿਹਨੇ ਹੁਕਮ ਦੇ ਕੇ ਭੇਜਿਆ ਸੀ ਸੰਸਾਰ 'ਚ ਜਾਓ ਧਰਮ ਕਮਾਉਣਾ ਏ ਕੋਠੀਆਂ ਮਹਿਲ ਨਹੀਂ ਬਣਾਉਣੇ ਹੀਰੇ ਮੋਤੀ ਨਹੀਂ ਇਕੱਠੇ ਕਰਨੇ ਧਰਮ ਕਮਾਉਣਾ ਜ਼ਮੀਨਾਂ ਨਹੀਂ ਇਕੱਠੀਆਂ ਕਰਨੀਆਂ ਪਰਿਵਾਰ ਤੇ ਮੇਲੇ ਤੇ ਮਹਿਲ ਨਹੀਂ ਬਣਾਉਣੇ ਧਰਮ ਪਿੱਛੇ ਜੋ ਵੀ ਜਾਂਦਾ ਹੈ ਜਾਣ ਦੇਣਾ ਹੈ ਪਰ ਧਰਮ ਨਹੀਂ ਜਾਣ ਦੇਣਾ ਆਪਦਾ ਆਖੋ ਧਰਮ ਪਿੱਛੇ ਮਰ ਜਾਣਾ ਹੈ ਪਰ ਧਰਮ ਨਾ ਸਾਡਾ ਜਾਵੇ ਸਿੱਖੀ ਸਿਦਕ ਨਾ ਜਾਵੇ ਪੁੱਤ ਜਾਂਦੇ ਤਾਂ ਜਾਣ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਂਦਾ ਤੇ ਜਾਵੇ ਮੇਰਾ ਸਕੀ ਸਿਦਕ ਨਾ ਜਾਵੇ ਰੋਟੀ ਮਿਲੇ ਭਾਵੇਂ ਖਾਣ ਨੂੰ ਭਾਵੇਂ ਨਾ ਮਿਲੇ ਪਰ ਸਿੱਖੀ ਸਿਦਕ ਨਾ ਜਾਵੇ ਧਰਮ ਕਮਾਉਣਾ ਹੈ ਬਿਸ਼ਰਮਣੀ ਕੁਕਰਮਣੀ ਸਿਰ ਜਾਵੇ ਤਾਂ ਜਾਵੇ ਪੜਿਓ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ
ता जावे मेरा सिखी सिदक ना जावे सिर जावे ता जावे मेरा सिखी सिदक ना जावे ता जावे मेरा सिखी सिदक ना जावे सिर जावे ता जावे मेरा सिखी सिदक ना जावे सिर जावे ता जावे मेरा सिखी सिदक ना जावे सिर जावे ता जावे मेरा सिखी सिदक ना जावे सिर जावे ता जावे मेरा सिखी सिदक ना जावे सिर जावे ता जावे मेरा सिखी सिदक ना जावे कमाइया ने भगती केस बन के तपस्या कीती ना पोरा पट के तपस्या कीती दुनिया तो पासा वट के तपस्या की भुखे रह रह के तपस्या की इत थाल ला के नहीं आते सी बाबे नंद सिंह अगे सुक्का टुकड़ा कि मिल गया दिखा रहा पड़े हो फरीदा सराने पोए समन कीड़ा लड़ियो मास इट सराने सिराने
लड़ियो मास फरीदा हा सिराने पोए सवन कीड़ा लड़ियो मास फरीदा युग वापरे बड़े युग बीत गए ने एकत पया पास याद मालक दी आनी चाहिए जिमें भी याद आवे रोटी मिले ते रब याद आवे ना मिले ते फिर भी जे भुख दे ता तुझे राला दी जो भी होवे याद तेरी ही आवे जे भुख दे ता इत ही राजा जे शक्ति पदार्थ देवे ते तेरा नाम जपा जे भुख देवे फिर भी तेरी याद गुरु गोबिंद सिंह जी ने माशी वाड़े दे विच पुत्रां दियां रूहां आ गईयां सिंह आ गए जिहड़े शहीद होए सी नाल दे भाई दया सिंह धर्म सिंह बाद च पहुंचे शहीद होईयां रूहां पहलो आ गईयां निरंकार दे देश नूं जाण वास्ते कलगीधर पातशाह तो आग्या लईए हुण असी प्यारे परमेश्वर दे देश चले हाँ जिथों आए सी कहिंदे गुरु गोबिंद सिंह जी मेरा भी एक सुनेहा लै आ जो मेरा हाल वेख्या है जो कुछ होया ये सारा मेरे मित्र प्यारे नूं कहना पर तेरे बगैर मेरा बड़ा जीना औखा है चीज़ां दी कोई परवाह नहीं नवासा मेरा नागा विच मैनू हर वेले सप डंग मार दे चारे पास नाग नवासा दा रहना मित्र प्यारे नू हाल मरीदा दा कहना विंग कसाइया दा जड़े कसाई खल लाउंदे आ ना पशु नू पुट्ठा करके ते विंगों दा नां है एहो जिहा बनिया हुंदा लोहे दा मास उधेड़दा है शरीर नाल कहिंदे जिवें कसाई मास लाउंदे आ ना बेदर्द हो के एवें मैं सहन कर रहा खलड़ी उधड़दी है मेरी सप डंग मारदे आ सूल सराही खंजर प्याला सूलां दी सराही ते खंजर दा प्याला है बिंग कसाइयां दा सहना याड़े दा सानू सत्थर चंगा पट खेड़ियां दा रहना जिथे रखे बेकुंठ तथाई तू सभना के प्रतपाला जी हुण हुक्मनामा सुनो उस तो उपरंत सुखमनी साहब दे पाठ ਉਹਦੀ ਯਾਦ ਵਿੱਚ ਸਮੇਂ ਸਾਰੇ ਆਉਂਦੇ ਆ ਕਿਤੇ ਛਤੀ ਪਦਾਰਥ ਕਿਤੇ ਭੁੱਖੇ ਵੀ ਕਿਤੇ ਸੋਹਣੀਆਂ ਸੇਜਾਂ ਵੀ ਕਿਤੇ ਜੰਗਲਾਂ ਦੇ ਵਿੱਚ ਵੀ
ਪਰਥਰੀ ਦੀ ਸਾਖੀ ਸ਼ੁਰੂ ਕੀਤੀ ਸੀ, ਉਹ ਨਹੀਂ ਸੁਣਾਈ। ਫਿਰ ਉਹ ਵੀ ਘਰ ਛੱਡ ਕੇ ਜੰਗਲਾਂ ਨੂੰ ਤੁਰ ਗਿਆ ਸੀ ਤੇ ਮਾਂ ਨੇ ਆਖਿਆ ਸੀ, ਪੁੱਤ ਘਰ ਤੋਂ ਮਨ ਉਚਾਟ ਹੋ ਗਿਆ, ਛੱਡ ਦੀਏ ਰਾਜ ਭਾਗ, ਰਾਣੀ ਰਾਣੀਆਂ ਮਹਿਲ ਵਜ਼ੀਰ ਤੇ ਮਾਂ ਦੀ ਸੀਸਤਾ ਲੈ ਰਹੀ ਹੈ। ਮਾਂ ਨੂੰ ਮੱਥਾ ਟੇਕ ਕੇ, ਮਾਂ ਮੈਂ ਭਗਤੀ ਕਰਨ ਚੱਲਿਆ ਜੰਗਲ 'ਚ, ਜਿਵੇਂ ਵੱਡੇ ਵੱਡੇ ਭਗਤਾਂ ਨੇ ਭਗਤੀ ਕੀਤੀ, ਰਾਜੇ ਗੋਪੀ ਚੰਦ ਨੇ, ਗੋਰਖਨਾਥ ਨੇ, ਮੈਂ ਉਹਨਾਂ ਨਾਲ ਜਾ ਕੇ ਰਲਾਂਗਾ, ਮੈਂ ਵੀ ਰੱਬ ਦੀ ਬੰਦਗੀ ਕਰਾਂਗਾ। ਕਹਿੰਦੇ ਪੁੱਤ ਜੰਗਲ 'ਚ ਚੱਲਿਆ ਨਾ, ਅਤੇ ਮੇਰੀਆਂ ਦੋ ਚਾਰ ਗੱਲਾਂ ਨੇ। ਇੱਕ ਤਾਂ ਪੁੱਤਰ ਕਿਲ੍ਹੇ ਵਿੱਚ ਰਵੀਂ, ਕਿਤੇ ਮਾਰਿਆ ਨਾ ਜਾਵੀਂ, ਕਿਲ੍ਹੇ ਵਿੱਚ ਰਵੀਂ, ਅਤੇ ਦੂਜਾ ਬੇਟਾ ਸੋਨੇ ਦੇ ਭਾਂਡਿਆਂ 'ਚ ਰੋਟੀ ਖਾਵੀਂ, ਅਤੇ ਤੀਸਰਾ ਪੁੱਤਰ ਰੋਜ਼ ਹੀ ਨਵੇਂ ਕੱਪੜੇ ਪਾਵੀਂ, ਪੁਰਾਣੇ ਨਹੀਂ ਪਾਉਣੇ। ਰਹਿਣਾ ਕਿਲ੍ਹੇ ਵਿੱਚ, ਸੋਨੇ ਦੇ ਭਾਂਡਿਆਂ 'ਚ ਰੋਟੀ ਖਾਣੀ ਹੈ, ਰੋਜ਼ ਨਵੇਂ ਕੱਪੜੇ ਪਾਉਣੇ ਆ। ਕਹਿੰਦੇ ਮਾਂ ਭੋਲੀਏ, ਜੰਗਲਾਂ ਵਿੱਚ ਕਿਲ੍ਹੇ ਕਿੱਥੇ? ਕਿਤੇ ਦਰਖਤ ਥੱਲੇ ਪਵਾਂਗੇ, ਕਿਤੇ ਮਿੱਟੀ 'ਤੇ, ਕਿਤੇ ਰੋੜਾਂ 'ਤੇ, ਕਿਤੇ ਕਿਵੇਂ ਰਵਾਂਗੇ? ਸੋਨੇ ਦੇ ਭਾਂਡੇ ਕੀ, ਉੱਥੇ ਤਾਂ ਜਿਹੋ ਜਿਹਾ ਭੋਜਨ ਮਿਲ ਗਿਆ ਉਵੇਂ ਖਾ ਲਿਆ, ਆਖੋ ਖੜੇ ਖੜੇ ਖਾ ਲਿਆ, ਬੈਠੇ ਬੈਠੇ ਖਾ ਲਿਆ, ਤੁਰਦੇ ਤੁਰਦੇ ਮੂੰਹ 'ਚ ਪਾ ਲਿਆ। ਯਾਦ ਰੱਬ ਦੀ ਏ, ਯਾਦ ਰੋਟੀਆਂ ਦੀ ਨਹੀਂ। ਕਿਲ੍ਹੇ ਕਿੱਥੋਂ, ਸੋਨੇ ਦੇ ਭਾਂਡੇ ਕਿੱਥੋਂ, ਤੇ ਨਵੇਂ ਕੱਪੜੇ ਕਿੱਥੋਂ? ਕੱਪੜਾ ਨਹੀਂ ਮਿਲਣਾ। ਕਹਿੰਦੀ ਪੁੱਤਰ ਤੈਨੂੰ ਪਤਾ ਹੈ ਕਿ ਕਿਲ੍ਹਾ ਕਿਹੜਾ ਹੈ? ਕਿਲ੍ਹਾ ਹੈ ਸੰਤਾਂ ਦੀ ਮੰਡਲੀ ਵਿੱਚ ਰਵੀ, ਜੇ ਇਕੱਲਾ ਰਹੇਗਾ ਕਿਤੇ ਗਲਤੀ ਕਰ ਸਕਦਾ। ਕਿਲ੍ਹਾ ਹੈ ਸੰਤਾਂ ਦਾ, ਸੰਤਾਂ ਵਿੱਚ ਰਹੀ ਕਿਤੇ ਜੀਵਨ ਨੂੰ ਕਲੰਕਣਾ ਲੱਗ ਜਾਏ, ਸਾਰੀ ਉਮਰ ਨਹੀਂ ਧੋਤੇ ਜਾਂਦੇ, ਧਰਮ ਰਾਜ ਤੋਂ ਸਜ਼ਾ ਮਿਲਦੀ। ਇੰਨਾ ਗਲਤ ਕੰਮ ਨਾ ਕਰ ਲਈ ਸੰਸਾਰ 'ਚ, ਤੇਰਾ ਧੋਤਾ ਨਾ ਜਾਏ, ਸਾਰੀ ਉਮਰ ਤੂੰ ਕਾਲਾ ਕਲੰਕ ਲੱਗਿਆ ਰਹੇ, ਅੱਗੇ ਜਾਏ ਤੇ ਸਜ਼ਾ ਭੋਗੇ, ਇਹੋ ਜਿਹੇ ਪਾਪ ਨਾ ਕਰ ਬੈਠੀ। ਕਿਲ੍ਹੇ ਵਿੱਚ ਰਵੀ, ਬਚਣਾ ਹੈ ਕਿ ਕਿਤੇ ਪਾਪ ਨਾ ਹੋ ਜਾਏ, ਸਾਧੂਆਂ 'ਚ ਰਹੇਗਾ ਤੇ ਬਚਿਆ ਰਹੇਗਾ। ਪੁੱਤਰ ਕਿਲ੍ਹੇ ਵਿੱਚ ਰਹਿਣਾ ਹੈ, ਸੰਤ ਰੂਪੀ ਸੰਤ ਮੰਡਲ ਰੂਪੀ ਕਿਲ੍ਹੇ ਵਿੱਚ, ਇਕੱਲੇ ਦੇ ਅੰਦਰ ਵਿਕਰਮ ਫੁਰਦੇ ਆ, ਪਾਪ ਫੁਰਦੇ ਆ, ਬੰਦਾ ਪਾਪ ਕਰਨ ਹੀ ਲੱਗਾ ਰਹਿੰਦਾ, ਗੰਦੀਆਂ ਚੀਜ਼ਾਂ ਪੜੀ ਜਾਏਗਾ, ਮੋਬਾਈਲ 'ਤੇ ਇਕੱਲਾ ਗੰਦ ਵੇਖੀ ਜਾਏਗਾ, ਇੱਧਰ ਉੱਧਰ ਪੁੱਠੇ ਮੈਸੇਜ ਗਲਤ ਗੱਲਾਂ ਕਰੀ ਜਾਏਗਾ, ਪਾਪ ਹੀ ਕਰੇਗਾ ਨਾ ਇਕੱਲਾ। ਸੰਤ ਮੰਡਲੀ ਵਿੱਚ ਰਹੇਗਾ ਅਤੇ ਰੱਬ ਚੇਤੇ ਆਏਗਾ, ਨਾਮ ਜਪੇਗਾ, ਗੁਰੂ ਦੀ ਗੱਲ ਕਰੇਗਾ, ਸੁਣੇਗਾ, ਸੇਵਾ ਕਰੇਗਾ। ਪਹਿਲਾ ਇਹ ਕਿ ਕਿਲ੍ਹੇ ਵਿੱਚ ਰਹਿਣਾ, ਦੂਸਰਾ ਜਿਹੜਾ ਮੈਂ ਕਿਹਾ, ਸੋਨੇ ਦੇ ਭਾਂਡਿਆਂ 'ਚ ਰੋਟੀ ਹੱਥਾਂ 'ਤੇ ਹੀ ਖਾਵੀਂ, ਭਾਂਡੇ ਨਾ ਭਾਲੀ, ਕੌਲੀਆਂ ਚਮਚੇ ਨਾ ਭਾਲੀ, ਸਵਾਦ ਨਾ ਲਵੀਂ ਬਹੁਤੇ, ਜਦੋਂ ਅੰਨ ਮਿਲੇ ਤਾਂ ਹੱਥਾਂ 'ਤੇ ਰੱਖ ਕੇ ਖਾਲੀ। ਇਹ ਆ ਸੋਨੇ ਦੇ ਭਾਂਡੇ, ਆਖੋ ਸ੍ਰੀ ਵਾਹ, ਦੂਜੇ ਦਾ ਕਾਹਦੇ ਆ, ਮਿੱਟੀ। ਦੂਸਰਾ ਬਚਣੇ ਕਿ ਸੋਨੇ ਦੇ ਭਾਂਡਿਆਂ 'ਚ, ਅਤੇ ਮਾਂ ਫਿਰ ਤੀਜਾ ਨਵੇਂ ਕੱਪੜੇ ਕਿੱਥੋਂ ਪਾਵਾਂਗਾ? ਕਹਿੰਦੇ ਰੋਜ਼ ਸਵਾਹ ਮਲਣੀ ਸਰੀਰ 'ਤੇ, ਨਵਾਂ ਚੋੜਾਈ, ਰੋਜ਼ ਪਸਮ ਮਲੀ ਸਰੀਰ 'ਤੇ, ਸਰੀਰ 'ਤੇ ਸਵਾਹ ਮਲਣੀ, ਸਰੀਰ ਦੇ ਕੀਟਾਣੂ ਮਾਰੇ ਜਾਂਦੇ ਆ, ਸਵਾਹ ਮਲਣ ਦੇ ਨਾਲ ਸਰੀਰ ਨੂੰ ਔਸ਼ਧੀ ਮਿਲਦੀ ਹੈ, ਜਿਹੋ ਜਿਹੀ ਸਵਾਹ ਹੋਏਗੀ ਉਹੋ ਜਿਹੀ ਔਸ਼ਧੀ ਭਸਮ।
ਰੋਮਾਂ ਵਿੱਚ ਸਰੀਰ 'ਚ ਤਾਕਤ ਮਿੱਟੀ ਨਾਲ ਤਾਕਤ ਆਉਂਦੀ ਜਿਵੇਂ ਬੂਟੇ ਮਿੱਟੀ ਦੇ ਸਵਾਹ ਦੇ ਵਿੱਚ ਰੂੜੀ 'ਚ ਬੜੇ ਫਲਦੇ ਆ ਇਵੇਂ ਸਾਧੂ ਭਸਮ ਲਵਾਉਂਦੇ ਸਰੀਰ ਨੂੰ ਬਲ ਲੈਂਦੇ ਆ ਤਾਕਤ ਲੈਂਦੇ ਆ ਕਹਿੰਦੇ ਨਵੇਂ ਕੱਪੜੇ ਪਾਉਣੇ ਆ ਭਸਮ ਲਗਾਵੀ ਰੋਟੀ ਹੱਥਾਂ 'ਤੇ ਖਾਣੀ ਅਤੇ ਸੋਨੇ ਦੇ ਭਾਂਡੇ 'ਚ ਸੰਤ ਮੰਡਲੀ ਵਿੱਚ ਰਹਿਣਾ ਅਤੇ ਕਿਲੇ 'ਚ ਇਹ ਬਚਨ ਕਮਾਲ ਵੀ ਭਰਥਰੀ ਨੇ ਬਚਨ ਕਮਾਏ ਅਤੇ ਫਿਰ ਉਹ ਭਰਥਰੀ ਕਹੋ ਨਾਨਕ ਸੁਣ ਭਰਥਰ ਜੋਗੀ ਖੀਵਾ ਅੰਮ੍ਰਿਤ ਤਾਰੀ ਭਰਥਰੀ ਫਿਰ ਰੱਬ ਕੋਲ ਆਇਆ ਨਿਰੰਕਾਰ ਕੋਲ ਗੁਰੂ ਨਾਨਕ ਕੋਲ ਗੁਰੂ ਨਾਨਕ ਸਾਹਿਬ ਨੇ ਉਹਦੇ ਮਾੜੇ ਕਰਮ ਮਾੜੇ ਸੰਯੋਗ ਮੇਟੇ ਉਹਨੂੰ ਬਚਨ ਕੀਤਾ ਵੀ ਭਾਈ ਅੰਮ੍ਰਿਤ ਦਾ ਧਾਰਾ ਪੀ ਆ ਕੀ ਹੈ ਸ਼ਰਾਬ ਜਾਂ ਨਸ਼ਾ ਪੀ ਕੇ ਸੁਰਤ ਲਾਉਣੀ ਇਹ ਤਾਂ ਜਿਹੜੇ ਕਰਦੇ ਸਿੱਧ ਗਲਤ ਕਰਦੇ ਆ ਤੂੰ ਨਾਮ ਦਾ ਨਸ਼ਾ ਲੈਣਾ ਹੈ ਇਹ ਸਾਰੇ ਰਾਤ ਨੂੰ ਸਵੇਰੇ ਉੱਤਰ ਜਾਂਦੇ ਆ ਉਹ ਨਸ਼ੇ ਦਾ ਸਹਾਰਾ ਲੈਂਦੇ ਸੀ ਸਿੱਧ ਰੱਬ ਨਾਲ ਸੁਰਤਾਂ ਜੋੜਦੇ ਸੀ ਭੰਗ ਪੀਣੀ ਅੱਕ ਖਾਣੀ ਨਸ਼ੇ ਦਾ ਸਰਾ ਲੈਣਾ ਸਹਾਰਾ ਚਿਲਮਾਂ ਪੀਣੀਆਂ ਸ਼ਰਾਬ ਪੀਣੀ ਗੁਰੂ ਦੇ ਚਰਨਾਂ ਦਾ ਸਹਾਰਾ ਫਿਰ ਭਰਥਰੀ ਜੰਗਲ ਵਿੱਚ ਰਿਹਾ ਰਾਜਾ ਉਜੈਣ ਦਾ ਰਾਜਾ ਰਾਜਾ ਭਰਥਰੀ ਰਾਣੀਆਂ ਮਹਿਲ ਛੱਡ ਕੇ ਸਾਧੂਆਂ ਦੇ ਵਿੱਚ ਰਿਹਾ ਮਹਿਲ ਛੱਡ ਕੇ ਜੰਗਲਾਂ 'ਚ ਰਿਹਾ ਛੱਤੀ ਪਦਾਰਥ ਛੱਡ ਕੇ ਖਾ ਕੇ ਰੋਟੀ ਮੰਗੀ ਟੁਕੜਾ ਰੱਬ ਨੂੰ ਚੇਤੇ ਕੀਤਾ ਬੜੀ ਵੱਡੀ ਭਗਤੀ ਕਮਾਈ ਅਤੇ ਫਿਰ ਉਹ ਭਰਥਰੀ ਵੱਡੇ ਵੱਡੇ 84 ਸਿੱਧਾਂ ਵਿੱਚੋਂ ਦੀ ਗਿਣਤੀ ਆ ਗਈ ਪੰਜ ਪਿਆਰੇ ਆ 40 ਮੁਕਤੇ ਆ 9 ਨਾਥ ਨੇ 84 ਸਿੱਧ ਨੇ ਉਹਨਾਂ ਵਿੱਚ 9 ਨਾਥਾਂ ਦੇ ਵਿੱਚ ਉਹਦੀ ਗਿਣਤੀ ਆਈ 9 ਜਿਹੜੇ ਮੁਖੀ ਸਨ ਭਰਥਰੀ ਦੀ ਹੁਣ ਹਰਜਸ ਗਾਇਓ ਸੰਜਨਾ ਮਿਲ ਹਰਜਸ ਗਾਇਓ ਸੰਤ ਜਨਾ ਮਿਲ